ਅਗਲੀ ਖਬਰ ਵੱਲ ਚਲਿਏ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਕਿ ਕੈਲੀਫੋਰਨੀਆ 'ਚ ਗੈਸ ਦੀਆਂ ਕੀਮਤਾਂ ਨੇ ਲੋਕਾਂ ਦਾ ਧੂਆਂ ਕੱਢਿਆ ਹੋਇਆ ਹੈ ਪੂਰੇ ਅਮਰੀਕਾ ਦੇ ਵਿੱਚ ਗੈਸ ਦੀਆਂ ਕੀਮਤਾਂ ਘਟ ਰਹੀਆਂ ਆ ਪਰ ਕੈਲੀਫੋਰਨੀਆ 'ਚ ਲਗਾਤਾਰ ਦੁਬਾਰਾ ਕੀ ਗੈਸ ਦੀਆਂ ਪ੍ਰਾਈਸਸ ਵਧ ਰਹੀਆਂ ਆ ਅਮਰੀਕਾ ਪੂਰੀ ਦੇ ਮੁਕਾਬਲੇ ਜੇ ਦੇਖਿਆ ਜਾਵੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਗੈਸ ਦੀਆਂ ਕੀਮਤਾਂ 2 ਡਾਲਰ ਬੱਧ ਹੈਗੀਆਂ ਐਵਰੇਜ ਪੂਰੇ ਅਮਰੀਕਾ ਦੇ ਨਾਲੋਂ ਜੀ ਇਸ ਟਾਈਮ ਨੈਸ਼ਨਲ ਐਵਰੇਜ ਗੈਸ ਦੀਆਂ ਪ੍ਰਾਈਸਸ 3 ਡਾਲਰ ਤੇ 72 ਸੈਂਟ ਆ ਪਰ ਕੈਲੀਫੋਰਨੀਆ ਦੇ ਵਿੱਚ 5 ਡਾਲਰ ਤੇ 79 ਸੈਂਟ ਇਹਦਾ ਕਾਰਨ ਕੀ ਹੈਗਾ ਕਾਰਨੇ ਦਾ orange county register ਜੋ ਆ ਉਹਨਾਂ ਨੇ ਕਾਫੀ ਰਿਸਰਚ ਕੀਤੀ ਆ ਉਹਨਾਂ ਨੇ ਇਹ ਦੱਸਿਆ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ ਗੈਸ ਆ ਮੋਸਟਲੀ ਲੋਕਲ ਰਿਫਾਈਨਰੀਜ਼ ਕੈਲੀਫੋਰਨੀਆ ਦੀਆਂ ਆ ਉੱਥੋਂ ਗੈਸ ਆਂਦੀ ਹੈਗੀ ਆ ਤੇ ਇਹ ਰਿਫਾਇਨਰੀਜ਼ ਦੀ ਪਿਛਲੇ ਸਾਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੇਨਟੇਨੈਂਸ ਨਹੀਂ ਕੀਤੀ ਗਈ ਕਿਉਂਕਿ ਜਦੋਂ ਰਿਫਾਇਨਰੀ ਚੱਲਦੀਆਂ ਹਨ ਉਹਨਾਂ ਦਾ ਕੋਈ ਨਾ ਕੋਈ ਇਕੁਪਮੈਂਟ ਖਰਾਬ ਹੁੰਦਾ ਕਾਰਨ ਕੀ ਸੀ ਭਈ ਰਸ਼ੀਆ ਦੇ ਵਿੱਚ ਜਾਂ ਵਾਰ ਚੱਲ ਗਿਆ ਯੂਕਰੇਨ ਦੇ ਵਿੱਚ ਲੜਾਈ ਚੱਲ ਗਈ ਤੇ ਇੱਥੋਂ ਜ਼ਿਆਦਾ ਪ੍ਰੋਡਕਸ਼ਨ ਸ਼ੁਰੂ ਕਰਨੀ ਪਈ ਸੋ ਹੁਣ ਕਦੇ ਨਾ ਕਦੇ ਕੋਈ ਨਾ ਕੋਈ ਰਿਫਾਇਨਰੀ ਆ ਉਹ ਬੰਦ ਹੋ ਜਾਂਦੀ ਆ ਇਹ ਇਹ ਪ੍ਰੋਡਕਸ਼ਨ ਇਸ਼ੂ ਵੀ ਹੈਗਾ ਇਸ ਤੋਂ ਬਿਨਾ ਕੈਲੀਫੋਰਨੀਆ ਇੱਕੋ ਇੱਕ ਸਟੇਟ ਆ ਪੂਰੇ ਅਮਰੀਕਾ ਦੇ ਵਿੱਚ ਜਿੱਥੇ 1 ਡਾਲਰ ਤੇ 54 ਸੈਂਟ ਦੇ ਕਰੀਬ ਟੈਕਸ ਹੈਗਾ ਗੈਸ ਦਾ ਟੈਕਸ ਤੇ এনवायरमेंटਲ ਜੋ ਵੀ ਇਹਨਾਂ ਦੀਆਂ ਜੋ ਫੀਸ ਹੁੰਦੀਆਂ ਆ ਪੋਲੂਸ਼ਨ ਨੂੰ ਕੰਟਰੋਲ ਕਰਨ ਦੇ ਲਈ ਸੋ ਇਹ ਇੱਕ ਬਹੁਤ ਵੱਡਾ ਫੈਕਟਰ ਆ ਸੋ ਐਵਰੇਜ ਅਮਰੀਕਾ ਦੀ ਗੈਸ ਨਾਲੋਂ 1 ਡਾਲਰ 54 ਸੈਂਟ ਦਾ ਸਿੱਧਾ ਕੈਲੀਫੋਰਨੀਆ ਸਟੇਟ ਨੇ ਉੱਪਰ ਲਾ ਦਿੱਤਾ ਹਾਲਾਂਕਿ ਕੈਲੀਫੋਰਨੀਆ 100 ਬਿਲੀਅਨ ਡਾਲਰ ਸਰਪਲਸ ਦੇ ਵਿੱਚ ਆ ਪਿਛਲੇ ਸਾਲ ਤੋਂ ਬਹੁਤ ਸਾਰੇ ਅਸੈਂਬਲੀਮੈਨ ਸੈਨੇਟਰ ਕੈਲੀਫੋਰਨੀਆ ਦੇ ਰੌਲਾ ਪਾ ਰਹੇ ਭਈ ਕੁਝ ਮਹੀਨੇ ਤੁਸੀਂ ਜੋ ਇਹ ਐਕਸਟਰਾ ਟੈਕਸ ਆ ਇਹਨੂੰ ਘਟਾ ਦਿਓ ਪਰ ਉਹ ਘਟਾਣ ਦਾ ਕੋਈ ਨਾਂ ਨਹੀਂ ਲੈ ਰਹੇ ਲਾਸ ਐਂਜਲਸ ਲੌਂਗ ਬੀਚ ਬੇਰੀਏ ਦੇ ਵਿੱਚ ਅੱਜ ਗੈਸ ਦੀ ਪ੍ਰਾਈਸ 6 ਡਾਲਰ ਦੇ ਲਗਭਗ ਛੱਕੇ ਹੈਗੀ ਆ 5 ਡਾਲਰ 99 ਸੈਂਟ ਦੇ ਕਰੀਬ ਹੈਗੀ ਆ ਇਸ ਤੋਂ ਬਿਨਾ ਕਹਿੰਦੇ ਭਈ ਜੋ ਆਇਲ ਰਿਫਾਈਨਰੀਜ਼ ਆ ਆਇਲ ਕੰਪਨੀਆਂ ਹੈਗੀਆਂ ਆ ਉਹ ਸਭ ਤੋਂ ਜ਼ਿਆਦਾ ਪ੍ਰੋਫਿਟ ਬਣਾ ਰਹੀਆਂ ਕੈਲੀਫੋਰਨੀਆ ਦੇ ਵਿੱਚ ਇੱਕ ਬੈਰਲ ਦੇ ਪਿੱਛੇ 101 ਡਾਲਰ ਦਾ ਗ੍ਰੋਸ ਪ੍ਰੋਫਿਟ ਹੋ ਰਿਹਾ ਹੈ ऑयल ਕੰਪਨੀਆਂ ਨੂੰ ਪਿਛਲੇ ਮਹੀਨਿਆਂ ਨੂੰ ਜੇ ਦੇਖਿਆ ਜਾਵੇ ਜਦ ਕਿ ਜਿੱਥੋਂ ਸਭ ਤੋਂ ਜ਼ਿਆਦਾ ਗੈਸਾਂ ਦਾ ਗੋਲਫ ਕੋਸਟ ਤੋਂ ਉੱਥੇ ਇੱਕ ਬੈਰਲ ਪਿੱਛੇ ਉਹਨਾਂ ਦਾ ਸਿਰਫ 7 ਡਾਲਰ ਦਾ ਜਿਹੜਾ ਪ੍ਰੋਫਿਟ ਹੁੰਦਾ ਹੁਣ ਤੁਸੀਂ ਹਿਸਾਬ ਲਾ ਲਓ ਤੇ ਗੋਲਫ ਕੋਸਟ 'ਚੋਂ 7 ਡਾਲਰ ਦਾ ਉਹਨਾਂ ਨੂੰ ਪ੍ਰੋਫਿਟ ਹੁੰਦਾ ਪਰ ਬੈਰਲ ਤੇ ਕੈਲੀਫੋਰਨੀਆ ਦੇ ਵਿੱਚ 101 ਡਾਲਰ ਪਰ ਬੈਰਲ ਦੇ ਪਿੱਛੇ ਪ੍ਰੋਫਿਟ ਹੁੰਦਾ ਹੈਗਾ ਇਹ ਕਹਿੰਦੇ ਵੀ ਜਿਹੜਾ ਸਤੰਬਰ ਦਾ ਮਹੀਨਾ ਆ ਇਹ ਤਾਂ ਔਇਲ ਇੰਡਸਟਰੀ ਦੇ ਲਈ ਇੱਕ ਬੂਮ ਸਾਬਤ ਹੋਇਆ ਹੈਗਾ ਹਾਂ ਕੋਵਿਡ ਦੇ ਦੌਰਾਨ ਵੀ ਆ ਪਿਛਲੇ ਕੁਝ ਸਮੇਂ ਦੇ ਵਿੱਚ ਇਹ ਜਿਹੜੀਆਂ ਬਿਗ ਕਾਰਪੋਰੇਸ਼ਨਾਂ ਵੱਡੇ ਜਿਹੜੇ ਔਇਲ ਐਗਜ਼ੈਕਟਿਵਜ਼ ਜਾਂ ਵੱਡੀਆਂ ਔਇਲ ਕੰਪਨੀਆਂ ਆ ਉਹਨਾਂ ਨੇ ਚੰਗਾ ਮੁਨਾਫਾ ਜਿਹੜਾ ਇਸ ਦੇ ਵਿੱਚ ਖਟਿਆ ਹੈਗਾ ਹੈ ਹੁਣ ਇੰਨੇ ਮੁਨਾਫੇ ਤੋਂ ਬਾਅਦ ਜੇ ਗੈਸ ਸਟੇਸ਼ਨ ਵਾਲੇ ਨੂੰ ਮਿਲੂਗਾ ਉਹ ਤਾਂ ਵਿਚਾਰਾ ਓਨਾ ਵੀ ਮਾਰਜਨ ਉਸ ਦੇ ਵਿੱਚ ਜਿਹੜਾ ਉਹ ਰੱਖ ਸਕਦਾ ਆ ਕਈ ਇਹਦੀ ਦਿਵਾਲੇ ਵਿਚਾਰੇ ਗੈਸ ਸਟੇਸ਼ਨ ਵਾਲਿਆਂ ਦੇ ਜਿਹੜੇ ਹੋ ਜਾਂਦੇ ਆ ਹੁਣ ਆਪਾਂ ਦੇਖਦੇ ਹਾਂ ਵੀ ਤੁਸੀਂ ਦੇਖ ਲਓ ਬੈਰਲ ਦੀ ਪ੍ਰਾਈਸ ਸਰਜੋ ਸਿੰਘ ਜੀ ਇਸ ਟਾਈਮ 78 ਡਾਲਰ ਨੂੰ ਆ ਤੇ ਇਹ 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 ਇੱਕ ਨਵੀਂ ਜਿਹੜੀ ਚੀਜ਼ ਆ ਵੀ ਜਦੋਂ 120 ਤੇ ਹੋਵੇ ਤੇ ਉਦੋਂ ਵੀ ਪ੍ਰਾਈਸ ਓਨਾ ਤੇ 78 ਤੇ ਹੋਵੇ ਤੇ ਉਦੋਂ ਵੀ ਓਨਾ ਇਹ ਕਿਤੇ ਨਾ ਕਿਤੇ ਆਬਵੀਅਸਲੀ ਇਹਦੇ ਵਿੱਚ ਬੜੀ ਵੱਡੀ ਜਿਹੜੀ ਧਾਂਦਲੀ ਆ ਆ ਕਹਿ ਲਓ ਵੀ ਲੋਕਾਂ ਨੂੰ ਠੱਗਣ ਵਾਲੀ ਜਾਂ ਲੋਕਾਂ ਦੇ ਸਿਰ ਦੇ ਉੱਤੇ ਪ੍ਰਾਫਿਟ ਖਿੱਚਣ ਵਾਲੀ ਜਿਹੜੀ ਉਹ ਚੱਲ ਰਹੀ ਹੈਗੀ ਆ ਤੇ ਲੋਕਾਂ ਨੂੰ ਇਸ ਚੀਜ਼ ਦੇ ਪ੍ਰਤੀ ਸੁਹਰਦ ਹੋਣ ਦੀ ਜ਼ਰੂਰਤ ਆ ਕੈਲੀਫੋਰਨੀਆ ਵਾਲਿਆਂ ਨੇ ਟੈਕਸ ਤਾਂ ਨਹੀਂ ਘਟਾਇਆ ਹੁਣ ਕਹਿੰਦੇ ਆ ਵੀ ਤੁਹਾਨੂੰ ਅਸੀਂ 200 ਤੋਂ ਲੈ ਕੇ ਜਾਂ 1050 ਡਾਲਰ ਤੱਕ ਮੈਕਸਿਮਮ ਉਹਦੇ ਤੁਹਾਨੂੰ ਡਾਇਰੈਕਟ ਡਿਪੋਜ਼ਿਟ ਇਹ ਆ ਫਿਰ ਡੈਬਿਟ ਕਾਰਡ ਜਿਹੜੇ ਆ ਉਹ ਤੁਹਾਨੂੰ ਕੱਲੇ ਜਾਣਗੇ ਇਹ ਅਕਤੂਬਰ ਦੇ ਵਿੱਚ ਕੰਮ ਸ਼ੁਰੂ ਹੋਣਾ ਤੇ ਨਵੰਬਰ ਦੀਆਂ ਇਲੈਕਸ਼ਨਾਂ ਤੱਕ 8 ਡਾਲਰ ਜਿਹੜੇ ਇਹਨਾਂ ਨੇ ਹੁਣ ਵੰਡਣੇ ਆ ਕੈਲੀਫੋਰਨੀਆ ਦੇ ਵਿੱਚ ਇਹਦੇ ਨਾਲ ਕੋਈ ਫਰਕ ਕਿੰਨਾ ਕੁ ਜਿਹੜਾ ਉਹ ਪੈਂਦਾ ਆ ਕਿਉਂਕਿ ਧੂਆ ਨਿਕਲਦਿਆਂ ਨੂੰ ਤਾਂ ਬੜਾ ਚਿਰ ਹੋ ਗਿਆ ਕਈ ਦੀ ਤੁਰੰਤ ਰਾਹਤ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ ਦੇਰ ਨਾਲ ਪਹੁੰਚੀ ਰਾਹਤ ਵੀ ਨਾ ਜਿਹੜੀ ਮਦਦ ਵਰਗੀ ਆ ਉਹੀ ਜਿਹੜੀ ਉਹ ਸਾਬਤ ਹੋ ਜਾਂਦੀ ਆ